ਤਾਂ ਤਰਤਕਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਪਹਿਲਾ ਚਰਨਜੀਤ ਚੰਨੀ ਚਮਕੌਰ ਸਾਹਿਬ ਸ੍ਰੀ ਸ਼ਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਗਏ ਨੇ ਆਪਣੇ ਹਲਕੇ ਚ ਗਏ ਨੇ ਉਥੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਚੰਡੀਗੜ੍ਹ ਆ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਆ ਕੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨਾਲ ਮੁਲਾਕਾਤ ਕੁਝ ਥੇੜਾ ਬਾਅਦ ਕੀਤੀ ਜਾਊਗੀ ਤੇ ਉੱਥੇ ਇਸ ਵਕਤ ਸੀ ਮੌਜੂਦ ਰਾਣਾ ਕੇਪੀ ਦੇ ਘਰ ਦੇ ਬਾਹਰ ਤੁਹਾਨੂੰ ਦੱਸ ਦਈਏ ਕਿ ਇੱਥੇ ਜਦੋਂ 11 ਵਜੇ ਜਿਹੜਾ ਸੋਚਕ ਸਮਾਗਮ ਹੈ ਉਸ ਤੋਂ ਪਹਿਲਾਂ ਜਿਹੜੇ तमाम ਲੀਡਰਸ ਨੇ तमाम ਜਿਹੜੇ ਸਾਥੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਊਗੀ ਆਪਣੇ ਸਰਕਾਰੀ ਆਵਾਸ ਤੇ ਵੀ ਜਾਣਗੇ ਚਰਨਜੀਤ ਚੰਨੀ ਤੇ ਉਹਦੇ ਲਈ ਜਦੋਂ ਇੱਥੇ ਪਹੁੰਚਣਗੇ ਵਿਧਾਨ ਸਭਾ ਸਪੀਕਰ ਦੇ ਸਰਕਾਰੀ ਆਵਾਸ ਤੇ ਕਹਿ ਜਾ ਸਕਦਾ ਕਿ ਉਹਨਾਂ ਨਾਲ ਇੱਕ ਮੁਲਾਕਾਤ ਜਿਹੜੀ ਕਿ ਉਹ ਕੀਤੀ ਜਾਊਗੀ ਰਾਣਾ ਕੇਪੀ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਕੁਝ ਲੀਡਰਸ ਨੇ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ 11 ਵਜੇ ਗਵਰਨਰ ਹਾਊਸ ਜਾ ਕੇ ਸਹਾਉਚਿਕ ਸਮਾਗਮ ਜੜਾ ਕਿਹਾ ਉਹ ਕੀਤਾ ਜਾਊਗਾ ਆਪਣੇ ਮੁੱਖ ਮੰਤਰੀ ਦੀ ਸੌ ਜਿਹੜੀ ਕੀ ਆ ਉਹ ਗਵਰਨਰ ਹਾਊਸ ਦੇ ਵਿੱਚ ਜਾ ਕੇ ਲਈ ਜਾਊਗੀ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਵਾਂਗੇ ਕਿ ਅੱਜ ਦੀ ਤਸਵੀਰ ਬਿਨਾਂ ਸ਼ੱਕ ਖਾਸ ਤੇ ਇਤਿਹਾਸਕ ਹੈ ਪਰ ਇਸ ਖਾਸ ਤਸਵੀਰ ਨੂੰ ਖਾਸ ਹੋਰ ਜ਼ਿਆਦਾ ਬਣਾਉਣ ਦੇ ਲਈ ਕਿਹੜੇ ਖਾਸ ਮਹਿਮਾਨ ਪਹੁੰਚ ਰਹੇ ਨੇ ਜੀ ਬਿਲਕੁਲ ਸਾਫਤਾਰ ਤੱਕ ਗੱਲ ਕੀਤੀ ਰਵੇ ਤਾਂ ਹਰੀ ਸ਼ਰਾਵਤ ਜਿਹੜੇ ਕਿ ਨੇ ਉਹ ਵੀ ਨਾਲ ਮੌਜੂਦ ਰਹਿਣਗੇ ਸੌਚਕ ਸਮਾਗਮ ਦੇ ਵਿੱਚ ਪੀਪੀਸੀਸੀ ਦੇ तमाम ਜਿਹੜੇ ਦਿਗਜ ਲੀਡਰਸ ਨੇ ਉਹ ਸਾਰੇ ਇੱਥੇ ਪਹੁੰਚਣਗੇ ਜਿਹੜੇ ਸੀਨੀਅਰ ਲੀਡਰਸ ਨੇ ਪੁਰਾਣੇ ਸ तमाम ਉਹ ਲੀਡਰਸ ਜਿਹੜੇ ਕਿ ਇੱਥੇ ਹੋਣਗੇ ਲਾਲ ਸਿੰਘ ਜੀ ਵੀ ਜਿਹੜੇ ਕਿ ਇੱਥੇ ਪਹੁੰਚਣਗੇ ਕਿ ਕੀ ਵੀ ਲਾਲ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਪੀਪੀਸੀਸੀ ਦੇ ਵਿੱਚ ਕਾਫੀ ਜ਼ਿਆਦਾ ਟੌਪ ਮੋਸ ਜਿਹੜੇ ਸੀਨੀਅਰ ਲੀਡਰਸ ਨੇ ਐਕਸਪੀਰੀਅੰਸ ਜਿਹਨਾਂ ਦਾ ਉਹ ਸਭ ਤੋਂ ਜ਼ਿਆਦਾ ਹੈ ਉਹਨਾਂ ਦੇ ਵਿੱਚ ਕਾਊਂਟ ਕੀਤਾ ਰਹੰਦਾ ਲਾਲ ਸਿੰਘ ਜੀ ਨੂੰ ਦਿੱਲੀ ਤੋਂ ਵੀ ਜਿਹੜਾ ਕਿ ਹੈ ਹਾਈ ਕਮਾਂਡ ਵੱਲੋਂ ਵੀ ਕੋਈ ਨਾ ਕੋਈ ਜ਼ਰੂਰ ਭੇਜਿਆ ਜਾ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਤਸਵੀਰ ਬਿਲਕੁਲ ਇਤਿਹਾਸਿਕ ਮੰਨੀ ਨਜ਼ਰ ਆਊਗੀ ਕਿਉਂਕਿ ਇੱਕ ਦਲਿਤ ਸਿੱਖ ਚਿਹਰਾ ਜਿਹੜਾ ਕਿ ਹੈ ਉਹ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਹੈ ਉਹ ਐਲਾਨ ਹੋ ਚੁੱਕਿਆ ਹੈ ਤਾਂ ਉਹ ਜੋ ਮੁੱਖ ਮੰਤਰੀ ਦੀ ਸੌ ਜਿਹੜੀ ਕਿ ਉਹ ਲਈ ਜਾਊਗੀ 11 ਵਜੇ ਤਸਵੀਰ ਜਿਹੜੀ ਕਿ ਹੈ ਉਹ ਕਲੀਅਰ ਹੁੰਦੀ ਨਜ਼ਰ ਆਊਗੀ ਕਿ ਕਿਹੜੇ ਕਿਹੜੇ ਮਹਿਮਾਨ ਜ विमल ਤੁਹਾਨੂੰ ਆਵਾਜ਼ ਮਿਲ ਪਾਰੀ ਹੈ ਜੀ 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 ਵਿਮਲ ਤੋਂ ਹਟੇ ਲੱਗੇ ਕੀ ਕੁਝ ਖਾਸ ਤਸਵੀਰ ਤੁਸੀਂ ਵੇਖ ਰਹੇ ਹੋ ਫਿਲਹਾਲ ਅਗਰ ਉਹਨਾਂ ਦੇ ਮੋਰਿੰਡਾ ਸਿਤ ਕੋਠੇ ਦੀ ਗੱਲ ਕਰ ਲਈ ਜਾਵੇ ਕਿਉਂਕਿ ਆ ਕੋਠੇ ਵਾਲੇ ਬਣ ਰਹੀ ਹੈ ਜਦੋਂ ਆਪਣੇ ਹਲਕੇ ਦੇ ਵਿੱਚ ਪਹੁੰਚਦੇ ਨੇ ਤਾਂ ਇਸ ਕੋਠੀ ਦੇ ਵਿੱਚ ਆਪਣੇ ਵਰਕਰਾਂ ਨੂੰ ਆਪਣੇ ਸਮਰਥਕਾਂ ਨੂੰ ਮਿਲਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਕਿਉਂਕਿ ਫਿਲਹਾਲ ਜਿਹੜੀ ਉਹਨਾਂ ਦੀ ਫੈਮਿਲੀ ਜਿਹੜੀ ਹੈ ਸਾਰੀ ਖਰੜ ਦੇ ਵਿੱਚ ਰਹਿੰਦੀ ਹੈ ਔਰ ਹਲਕੇ ਦੇ ਵਿੱਚ ਜਦੋਂ ਆਉਂਦੇ ਆ ਤੇ ਹਲਕੇ ਦੇ ਵਿੱਚ ਉਹ ਇਸੇ ਕੋਠੀ ਦੇ ਵਿੱਚ ਪਹੁੰਚਦੇ ਆ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਸਾਸਫਾਈ ਕੀਤੀ ਜਾ ਰਹੀ ਆ ਬਕਾਇਦਾ ਕਾਫੀ ਪੁਲਿਸ ਮੁਲਾਜ਼ਮ ਜਿਹੜੇ ਆ ਕੋਠੀ ਦੇ ਬਾਹਰ ਤੈਨਾਤ ਕੀਤੇ ਗਏ ਆ ਔਰ ਸਾਸਫਾਈਆਂ ਦਾ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਚੰਨੀ ਜਿਹੜੇ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਹੁਣ ਕੁਝ ਦਿਨ ਬਾਅਦ ਜਿਹੜੀ ਆ ਸੌ ਚੁੱਕ ਸਮਾਗਮ ਵੀ ਹੋਏਗਾ ਉਹਨਾਂ ਦਾ ਉਹ ਇੱ ਜ਼ਰੂਰ ਲੱਗਦਾ ਹੈ ਕਿ ਪਹੁੰਚਣਗੇ ਅੱਜ ਹੀ ਆ ਕੱਲ ਉਹਨਾਂ ਦੇ ਪਹੁੰਚਣ ਦੀ ਜਰੂਰ ਸੰਭਾਵਨਾ ਹੈ ਕਿਉਂਕਿ ਹਲਕੇ ਦੇ ਲੋਕਾਂ ਨੂੰ ਵੀ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦਾ ਚਿਹਤਰ ਨੇਤਾ ਜਿਹੜਾ ਹੈ ਹੁਣ ਮੁੱਖ ਮੰਤਰੀ ਬਣ ਚੁੱਕਾ ਹੈ ਸੋ 16ਵੇਂ ਮੁੱਖ ਮੰਤਰੀ ਜਿਹੜੇ ਨੇ ਬਣੇ ਨੇ ਔਰ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪੁਨਰਗਠਨ ਹੋਇਆ ਸੀ ਪੰਜਾਬ ਦਾ ਉਸ ਤੋਂ ਬਾਅਦ ਦਲਿਤ ਮੁੱਖ ਮੰਤਰੀ ਜਿਹੜਾ ਬਣਿਆ ਹੈ ਔਰ ਮੈਂ ਤੁਹਾਨੂੰ ਇੱਥੇ ਦੱਸਣਾ ਕਿ ਚੰਗੇ ਐਜੂਕੇਟਿਡ ਪੜੀ ਪੜੇ ਲਿਖੇ ਨੇ ਔਰ ਚੰਗੇ ਇੱਕ ਹੈਂਡਬਾਲ ਦੇ ਖਿਡਾਰੀ ਵੀ ਰਹੇ ਨੇ ਔਰ ਤਿੰਨ ਵਾਰ 골ਡ ਮੈਡਲ ਵੀ ਜਿਹੜਾ ਯੂ ਚੁੱਕਾ ਸੋ ਕਿਤੇ ਨਾ ਕਿਤੇ ਇੱਕ ਇੱਕ ਕਰਕੇ ਜਿਹੜੇ ਸਮਰਥਕ ਹੈ ਉਹ ਵੀ ਹੌਲੀ ਹੌਲੀ ਪਹੁੰਚਣਾ ਜਿਹੜੇ ਆ ਜਰੂਰ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਉਹਨਾਂ ਦੀ ਸਿਰਫ ਡੀਕੇ ਹੈ ਕਿ 11 ਵਜੇ ਸੋਚ ਸਮਾਗਮ ਉਹ ਟੀਵੀ ਤੇ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਲਾਈਵ ਦੇਖਣਾ ਚਾਹੁੰਦੇ ਨੇ ਆਪਣੇ ਨੇਤਾ ਨੂੰ ਚਾਹੇ ਤੇ ਨੇਤਾ ਨੂੰ ਔਰ ਉਸ ਤੋਂ ਬਾਅਦ ਲੱਗਦਾ ਹੈ ਕਿ 11 ਵਜੇ ਤੋਂ ਬਾਅਦ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਆ ਇੱਥੇ ਜਰੂਰ ਪਹੁੰਚਣਗੇ ਫਿਲਹਾਲ ਤਿਆਰੀਆਂ ਤੁਸੀਂ ਮੈਂ ਇੱਕ ਵਾਰ ਫਿਰ ਜੂਰ ਦਿਖਾਉਂਗਾ ਕਿ ਕਿਸ ਤਰੀਕੇ ਦੇ ਨਾਲ ਸਫਾਈ ਕੀਤੀ ਜਾ ਰਹੀ ਆ ਬਕਾਇਦਾ ਤੌਰ ਤੇ ਇੱਥੇ ਮੌਕਾ ਦੇ ਕੇ ਡੀਐਸਪੀ ਵੀ ਹੁਣੇ ਥੋੜੀ ਦੇਰ ਕੀਤੀਆਂ ਜਾ ਰਹੀਆਂ ਨੇ ਔਰ ਉਡੀਕ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜਾ ਚहेता ਨੇਤਾ ਹੈ ਉਹ ਹੁਣ ਮੁੱਖ ਮੰਤਰੀ 11 ਵਜੇ ਤੋਂ ਬਾਅਦ ਸੋਚਕ ਸਮਾਗਮ ਤੋਂ ਬਾਅਦ ਬਣ ਜਾਏਗਾ ਜੀ ਅੰਮ੍ਰਿਤਾ ਬਿਲਕੁਲ ਅਨਵਲ ਦੋਟੇ ਕੋ ਲਾਉਂਗੀ ਅਤੇ ਇੱਕ ਖਾਸ ਤਸਵੀਰ ਦਾ ਇੰਤਜ਼ਾਰ ਅੱਜ ਰਹੇਗਾ ਕਿਉਂਕਿ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਟਵੀਟ ਕਰਕੇ ਵਧਾਈ ਵੀ ਦਿੱਤੀ ਹੈ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਤਮਾਮ ਫੈਸਲੇ ਜੋ ਨੇ ਚੰਨੀ ਲੈ ਸਕਣਗੇ ਹੀ ਕਾਮਨਾ ਕਰਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਸੇ ਤਰ੍ਹਾਂ ਦੀਆਂ ਸ਼ੁਭਕਾਮਨਾਵਾਂ ਉਹਨਾਂ ਨੂੰ ਦਿੱਤੀਆਂ ਤਾਂ ਅੱਜ ਇਸ ਸੋਚੁਕ ਸਮਾਗਮ ਦੇ ਵਿੱਚ ਵੀ ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਨਜ਼ਰ ਆਉਣਗੇ ਜਾਂ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਮਿਲੀ ਹੈ ਜੀ ਬਿਲਕੁਲ ਜਿਦਾਉ ਐਲਾਨ ਹੋਇਆ ਸੀਗਾ ਚਰਨਜੀਤ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਰੂਰ ਜਿਹੜਾ ਕਿ ਐ ਟਵੀਟ ਕਰਕੇ ਬਧਾਈਆਂ ਜਿਹੜਾ ਕਿ ਚਰਨਜੀਤ ਚੰਨੀ ਨੂੰ ਦਿੱਤੀਆਂ ਗਈਆਂ ਸੀਗਾ ਲੇਕਿਨ ਹੜੇ ਤੱਕ ਇਹੋ ਜਿਹੀ ਕੋਈ ਇਨਫੋਰਮੇਸ਼ਨ ਜਿਹੜੀ ਕਿ ਸਾਹਮਣੇ ਨਹੀਂ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਸੋਚਕ ਸਮਾਗਮ ਦੇ ਵਿੱਚ ਪਹੁੰਚਣਗੇ ਆ ਨਹੀਂ ਤਮਾਮ ਜਿਹੜੇ ਲੀਡਰਸ ਨੇ ਉਹ ਪਹੁੰਚ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਆਜੇ ਜਿਹੜਾ ਕਿ ਉਹ ਕਨਫਰਮ ਨਹੀਂ ਹੋ ਰਿਹਾ ਤੇ ਲੇਕਿਨ ਕਿਹਾ ਜਾ ਸਕਦਾ ਹੈ ਕਿ ਤਮਾਮ ਪੀਪੀਸੀਸੀ ਦੇ ਪੰਜਾਬ ਦੇ ਤਮਾਮ ਜਿਹੜੇ ਕਾਂਗਰਸ ਦੇ ਵੱਡੇ ਲ تمام اوتھے پہنچن گے سارے لیڈرز اوتھے موجود رہیں گے جਦੋਂ ਇਹ ਸਮਾਗਮ ਜਿਹੜਾ ਕਿ ਆ ਉਹ گورنر ہاؤس ਦੇ ਵਿੱਚ ਕੀਤਾ ਜਾਊਗਾ جی وبل ਤੁਹਾਡੇ लागे ਅਸੀਂ ਬਹੁਤੇ ਲੋਕ ਤਾਂ ਨਹੀਂ ਪਰ ਕੁਝ ਸਫਾਈ ملازم ਤੇ ਕੁਝ ਹੋਰ ਕਰਮਚਾਰੀ ਜ਼ਰੂਰ ویکھ پا ਰਹੇ ਆ ਇਹਨਾਂ ਨਾਲ ਗੱਲਬਾਤ ਕੀ ممکن ہے ਕਿਉਂਕਿ ਇਹਨਾਂ ਦੇ ਹਲਕੇ ਤੋਂ ਹੁਣ ਮੁੱਖ ਮੰਤਰੀ ਚੁਣੇ ਗਏ ਨੇ ਉਹ لیڈر ਕਿਉਂਕਿ ਇਹ ਸਥਾਨ ਦੀ ਵੀ ਆਪਣੀ ਇੱਕ ਅਹਿਮ ਵੈਲਿਊ ਹੈ ਵਿਮਲ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਇੱਥੋਂ ਹੀ ਉਹ ਲੋਕਾਂ ਦੇ ਨਾਲ ਜੁੜਿਆ ਕਰਦੇ ਸਨ ਤੇ ਲੀਡਰ ਤੇ ਸਿਆਸਦਾਨ ਉਹੀ ਹੋਇਆ ਕਰਦਾ ਜਿਸ ਦੀ ਪਬਲਿਕ ਅਪੀਲ ਹੋਵੇ ਜਿਸ ਦੇ ਨਾਲ ਲੋਕ ਜੁੜਦੇ ਹੋਣ ਤੇ ਲੋਕ ਜੋ ਉਹਨਾਂ ਦੇ ਹਲਕੇ ਦੇ ਨੇ ਇਹ ਕੀ ਮਹਿਸੂਸ ਕਰਦੇ ਨੇ ਇਹਨਾਂ ਦੇ ਨਾਲ ਕੀ ਗੱਲਬਾਤ ਹੋ ਸਕਦੀ ਹੈ ਕਿ ਇਹਨਾਂ ਦੇ ਹਲਕੇ ਤੋਂ ਮੁੱਖ ਮੰਤਰੀ ਚੁਣੇ ਗਏ ਨੇ ਜਿਸ ਦੀ ਤਵਕਕੋ ਵੀ ਸ਼ਾਇਦ ਨਹੀਂ ਕੀਤੀ ਸੀ ਕਿਸੇ ਨੇ ਜੀ ਬਿਲਕੁਲ ਜੀ ਬਿਲਕੁਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅਗਰ ਗੱਲ ਕਰ ਸਕਦੇ ਹੁਣ ਤੁਹਾਡੇ ਲੀਡਰ ਜਿਹੜੇ ਨੇ ਮੁੱਖ ਮੰਤਰੀ ਬਣ ਗਏ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਹੁੰਦੇ ਤੁਹਾਨੂੰ ਮਿਲਦੇ ਨੇ ਹਾਂਜੀ ਸਰ ਮਿਲਦੇ ਨੇ ਜੀ ਕਿਦਾਂ ਲੱਗ ਰਿਹਾ ਅੱਜ ਮੁੱਖ ਮੰਤਰੀ ਬਣਦੇ ਆ ਤੁਹਾਡੇ ਲੀਡਰ ਜਿਹੜੇ ਚੇਤੂਰ ਕੀ ਕਹਿੰਦੇ ਵਾਈ ਕੰਗਰੈਸ਼ਨ ਉਹਨਾਂ ਨੂੰ ਵੀ ਧੰਨਵਾਦ ਬਹੁਤ ਬਹੁਤ ਵਧੀਆ ਹੋ ਗਿਆ ਜੀ ਸਾਡੇ ਹਲਕੇ ਦੇ ਬਣ ਗਏ ਪੰਜਾਬ ਦੇ ਮੁੱਖ ਮੰਤਰੀ ਅੱਜ ਸਾਫ ਸਫਾਈਆਂ ਕਰ ਰਹੇ ਹੋ ਕੀ ਉਹਨਾਂ ਦਾ ਹੈ ਕਿ ਅੱਜ ਜਾਂ ਕੱਲ੍ਹ ਪਹੁੰਚਣਗੇ ਕੁਛ ਐ ਇਦਾਂ ਦਾ ਹਾਂਜੀ ਸਰ ਦੇਖੋ ਆਣਾ ਦਾ ਚਾਹੀਦਾ ਜੀ ਉਹਨਾਂ ਨੂੰ